ਲੁਧਿਆਣਾ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਵਾ। ਮੈਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਉਣਾ ਚਾਹੂੰਗਾ ਕਿ ਲੁਧਿਆਣਾ ਦੇ ਰਵਨੀਤ ਸਿੰਘ ਬਿੱਟੂ ਜਿਹੜੇ ਸਾਂਸਦ ਹੈਗੇ ਨੇ ਉਹਨਾਂ ਨੂੰ ਉਹਨਾਂ ਦੇ ਹੀ ਘਰ ਦੇ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਉਹਨਾਂ ਦੇ ਮੇਨ ਗੇਟ ਦੇ ਬਾਹਰ ਜਿਹੜੀ ਹੈ ਪੁਲਿਸ ਵੱਲੋਂ ਜਿਹੜੀ ਹੈ ਰੱਸੀ ਬੰਨ੍ਹ ਦਿੱਤੀ ਗਈ ਹੈ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ ਉੱਤੇ ਕਿ ਰੱਸੀ ਬੰਨ੍ਹ ਦਿੱਤੀ ਗਈ ਹੈ ਔਰ ਅੰਦਰ ਜਿਹੜੇ ਨੇ ਸਾਂਸਦ ਰਵਨੀਤ ਸਿੰਘ ਬਿੱਟੂ ਇਸ ਵੇਲੇ ਮੌਜੂਦ ਹੈਗੇ ਨੇ। ਉਹਨਾਂ ਦੀ ਸਿਕਿਉਰਿਟੀ ਮੌਜੂਦ ਹੈਗੀ ਹੈ ਔਰ ਤਮਾਮ ਜਿਹੜੇ ਪਹਿਲੂ ਹੈਗੇ ਨੇ ਇਸ ਦੀ ਜਾਂਚ ਜਿਹੜੀ ਹੈ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਮੇਰੇ ਨਾਲ ਇਸ ਵੇਲੇ ਪੁਲਿਸ ਅਫਸਰ ਹੈਗੇ ਨੇ। ਸਰ, ਕਿਸ ਚੀਜ਼ ਨੂੰ ਲੈ ਕੇ ਇੱਥੇ ਰੱਸੀ ਬੰਨ੍ਹੀ ਗਈ ਹੈ? ਵੈਸੇ ਸਿਕਿਉਰਿਟੀ ਵਾਸਤੇ ਲਾਈ ਹੈ ਰੱਸੀ, ਕੋਈ ਕਿਸੇ ਨੂੰ ਰੋਕ ਵਾਸਤੇ ਨਹੀਂ ਲਾਈ। ਇਹ ਤਾਂ ਸਿਰਫ ਇੱਕ ਸਾਡੇ ਅਫਸਰ ਸਾਹਿਬਾਨ ਨੇ ਸਿਕਿਉਰਿਟੀ ਲਾਈ ਆ, ਕੋਈ ਇਹੋ ਜਿਹੀ ਕੋਈ ਗੱਲ ਨਹੀਂ ਵੀ ਜਾ ਹਾਂ ਜੋ ਮਰਜ਼ੀ ਕੋਈ ਆਸਾ ਦਾ ਜਾਸਦਾ ਕੋਈ ਰੋਕ ਟੋਕ ਨਹੀਂ। ਸਾਂਸਦ ਹੈਗੇ ਨੇ ਸਾਰੇ ਦੇ, ਕਈ ਅਫਸਰ ਰਹਿੰਦੇ ਸਾਡੇ, ਸੀਨੀਅਰ ਅਫਸਰ ਰਹਿੰਦੇ ਬਹੁਤ ਸਿਕਿਉਰਿਟੀ। ਇਸ ਵੇਲੇ ਸਾਂਸਦ ਜਿਹੜੇ ਰਵਨੀਤ ਬਿੱਟੂ ਉਸ ਵੇਲੇ ਮੌਜੂਦ ਨੇ? ਪਤਾ ਨਹੀਂ, ਸਾਨੂੰ ਨਹੀਂ ਪਤਾ ਹੈਗਾ, ਅਸੀਂ ਤਾਂ ਵੈਸੇ ਸਿਕਿਉਰਿਟੀ ਖੜੇ ਹਾਂ। ਨਹੀਂ, ਫਿਰ ਤੁਸੀਂ ਰੱਸੀ ਸਰ ਕਿਉਂ ਮੰਨੀ ਆ? ਰੱਸੀ ਬੰਨਣ ਦਾ ਕੀ ਕਾਰਨ ਹੈ? ਸਿਕਿਉਰਿਟੀ ਅਫਸਰਾਂ ਦੀ ਸਿਕਿਉਰਿਟੀ ਵਾਸਤੇ ਖੜੇ ਹਾਂ ਅਸੀਂ, ਸਿਰੀ ਅਫਸਰ ਰਹਿੰਦੇ ਅੰਦਰ ਕਾਫੀ ਕੋਠੀ। ਮੇਨ ਗੇਟ ਨੂੰ ਰੱਸੀ ਬੰਨਣਾ ਆਪਣੇ ਆਪ ਦੇ ਵਿੱਚ ਹੀ ਕੁਛ ਨਾ ਕੁਛ ਨਜ਼ਰਬੰਦ ਕਰ ਰਹੀ। ਵੈਸੇ ਹੀ ਆ ਵੀ ਕੋਈ ਦੁਰਘਟਨਾ ਕਰਦੇ, ਕੋਈ ਗਲਤ ਸ਼ਰਾਰਤ ਅਫਸਰ, ਕੋਈ ਸ਼ਰਾਰਤ ਕਰਦੇ ਤਾਂ ਬੰਨੀ ਤਾਂ ਸਿਕਿਉਰਿਟੀ ਲਾਈ। ਤੁਹਾਡੇ ਕਹਿਣ ਦਾ ਮਤਲਬ ਕਿ ਰਵਨੀਤ ਬਿੱਟੂ ਨੂੰ ਜਾਨ ਦਾ ਖਤਰਾ ਹੈ? ਨਾ, ਉਹਨੂੰ ਕੋਈ, ਸਾਰੇ ਅਫਸਰ ਰਹਿੰਦੇ ਅੰਦਰ ਕੋਈ ਜੀ ਪ੍ਰੋਬਲਮ ਨਹੀਂ। ਫਿਰ ਬੰਦ ਕਿਉਂ ਕੀਤਾ ਗਿਆ? ਵੈਸੇ ਕੀਤਾ, ਸਿਕਿਉਰਿਟੀ ਵਾਸਤੇ ਖੜੇ, ਇਹਦੇ ਸਿਕਿਉਰਟੀ ਪ੍ਰੋਟੈਕਸ਼ਨ ਵਾਸਤੇ ਅਫਸਰਾਂ ਦੀ। ਠੀਕ ਹੈ, ਇਹ ਕਿੰਨੀ ਦੇਰ ਰਹੂਗਾ ਸਰ? ਜਿੰਨਾ ਤੱਕ ਹੋਊਗਾ ਖੜੇ ਜੀ, ਕੋਈ ਗੱਲ ਨਹੀਂ। ਬਿਲਕੁਲ, ਤੁਸੀਂ ਦੇਖ ਸਕਦੇ ਹੋ ਸਾਫ਼ ਤੌਰ ਉੱਤੇ ਕਿ ਪੁਲਿਸ ਆਫਿਸਰ ਜਿਹੜੇ ਇੱਥੇ ਮੌਜੂਦ ਹੈਗੇ ਨੇ ਉਹਨਾਂ ਸਾਫ਼ ਤੌਰ 'ਤੇ ਕਿਹਾ ਹੋਇਆ ਕਿ ਸਿਕਿਉਰਿਟੀ ਪੱਖੋਂ ਇਹ ਮੇਨ ਗੇਟ ਬੰਦ ਕੀਤਾ ਗਿਆ। ਪਰ ਸਵਾਲ ਇਹ ਖੜੇ ਹੁੰਦੇ ਨੇ ਕਿ ਅਗਰ ਮੇਨ ਗੇਟ ਬੰਦ ਕੀਤਾ ਗਿਆ ਵਾ, ਰੱਸੀ ਬੰਨ੍ਹੀ ਗਈ ਹੈ, ਤਾਂ ਉਸ ਦੇ ਪਿੱਛੇ ਕਾਰਨ ਕੀ ਹੈਗਾ ਵਾ? ਕਿਉਂਕਿ ਕਿਹਾ ਜਾ ਰਿਹਾ ਕਿ ਪਿਛਲੇ ਦਿਨਾਂ ਵਿੱਚ ਜਦੋਂ ਰਵਨੀਤ ਸਿੰਘ ਬਿੱਟੂ ਵੱਲੋਂ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਪੰਜਾਬ ਸਰਕਾਰ ਦੇ ਖਿਲਾਫ ਔਰ ਉਹਨਾਂ ਉੱਤੇ ਇੱਕ ਮਾਮਲਾ ਦਰਜ ਕੀਤਾ ਗਿਆ ਸੀਗਾ, ਤਾਂ ਉਸੇ ਚੀਜ਼ ਨੂੰ ਲੈ ਕੇ ਹੀ ਇਹ ਕੜੀ ਜਿਹੜੀ ਹੈ ਜੁੜਦੀ ਹੋਈ ਨਜ਼ਰ ਆ ਰਹੀ ਹੈ ਔਰ ਉਸੇ ਚੀਜ਼ ਨੂੰ ਲੈ ਕੇ ਹੀ ਕਿਤੇ ਨਾ ਕਿਤੇ ਰਵਨੀਤ ਸਿੰਘ ਬਿੱਟੂ ਨੂੰ ਜਿਹੜਾ ਵਾ ਸਾਂਸਦ ਜਿਹੜੇ ਹੈਗੇ ਨੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਵਾ। ਦੇਖਣਾ ਇਹ ਹੋਵੇਗਾ ਕਿ ਹੁਣ ਰਵਨੀਤ ਸਿੰਘ ਬਿੱਟੂ ਕਦ ਬਾਹਰ ਨਿਕਲਦੇ ਨੇ। ਲੁਧਿਆਣਾ ਤੋਂ ਰੋਹਿਤ ਗੋਟ, ਨਿਊਜ਼ 18।